ਪੰਜਾਬ ਦਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਰੁੱਖ ਕਰ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਵੀ ਕਿਸਾਨਾਂ ਨੇ ਦਿੱਲੀ ਮੋਰਚਾ ਲਾਇਆ ਸੀ, ਹੁਣ ਦੁਬਾਰਾ ਵੀ ਕਿਸਾਨਾਂ ਨੇ ਦਿੱਲੀ ਵੱਲ ਨੂੰ ਰੁੱਖ ਕੀਤਾ ਹੈ। ਅਤੇ ਜਿੱਥੇ ਕਿਸਾਨਾਂ ਦਾ ਰੋਜ਼ ਦਿੱਲੀ ਵੱਲ ਕੂਚ ਕਰਨਾ ਜਾ ਰਹੀ ਹੈ, ਉੱਥੇ ਹੀ ਪੰਜਾਬ ਦੇ ਵਿੱਚ ਹੁਣ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਨਜ਼ਰ ਆ ਰਹੀ ਹੈ। ਆਮ ਲੋਕਾਂ ਤੋਂ ਸੁਣਿਆ ਜਾ ਰਿਹਾ ਕਿ ਪੈਟਰੋਲ ਅਤੇ ਡੀਜ਼ਲ ਉਹਨਾਂ ਨੂੰ ਘੱਟ ਪਾਇਆ ਜਾ ਰਿਹਾ। ਅਤੇ ਤੁਹਾਨੂੰ ਅੱਜ ਪੈਟਰੋਲ ਪੰਪ ਦੇ ਹਾਲਾਤ ਦਿਖਾ ਦਿੰਦੇ ਹਾਂ। ਅਸੀਂ ਖੰਨਾ ਵਿਖੇ ਖੜ੍ਹੇ ਹਾਂ, ਜਿੱਥੇ ਕਿ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ 'ਤੇ ਇੱਕ ਪੈਟਰੋਲ ਪੰਪ ਹੈ ਅਤੇ ਇੱਥੇ ਪੈਟਰੋਲ ਪਵਾਉਣ ਵਾਲਿਆਂ ਦੀ ਜਿਹੜੀ ਇਸ ਟਾਈਮ ਲਾਈਨਾਂ ਲੱਗ ਰਹੀਆਂ ਨੇ। ਅਤੇ ਡੀਜ਼ਲ ਦਾ ਇਹ ਦੱਸਿਆ ਜਾ ਰਿਹਾ ਵੀ ਡੀਜ਼ਲ ਦਾ ਜਿਹੜਾ ਹੈ ਉਹ ਘੱਟ ਮਿਲ ਰਿਹਾ, ਕੀ ਕਾਰਨ ਇਸ ਦੇ ਪਿੱਛੇ ਉਹ ਵੀ ਜਾਣਾਂਗੇ। ਅਤੇ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਿੰਦੇ ਹਾਂ। ਇਹ ਖੰਨਾ ਵਿਖੇ ਪੈਟਰੋਲ ਪੰਪ ਹੈ ਜਿੱਥੇ ਪੈਟਰੋਲ ਲਗਾਤਾਰ ਪਾਇਆ ਜਾ ਰਿਹਾ ਔਰ ਲਾਈਨਾਂ ਹੌਲੀ ਹੌਲੀ ਲੱਗਣੀਆਂ ਸ਼ੁਰੂ ਹੋ ਰਹੀਆਂ ਨੇ। ਇਸ ਦੇ ਪਿੱਛੇ ਕੀ ਕਾਰਨ ਹੈ ਇਹ ਆਪਾਂ ਪੈਟਰੋਲ ਪੰਪ ਜਿਹੜੇ ਡੀਲਰ ਹੈ, ਜਿਹੜੇ ਪੈਟਰੋਲ ਪੰਪ ਦੇ ਮਾਲਕ ਹੈ, ਉਹਨਾਂ ਤੋਂ ਪੁੱਛ ਲੈਂਦੇ ਹਾਂ ਅਤੇ ਕੀ ਕਾਰਨ ਹੈ ਇਸ ਦਾ, ਇਸ ਵਜ੍ਹਾ ਕੀ ਹੈ, ਕੀ ਕਾਰਨ ਹੈ, ਕਿਉਂ ਲੋਕ ਪੈਟਰੋਲ ਵੱਲ ਨੂੰ ਜ਼ਿਆਦਾ ਪੈ ਰਹੇ ਹਨ, ਕੀ ਕਾਰਨ ਹੈ ਜਿਹੜੇ ਕਿ ਹੁਣ ਪੈਟਰੋਲ ਪੰਪ 'ਤੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਰਹੀਆਂ ਨੇ। ਥੋੜ੍ਹੀ ਲੋਕਾਂ ਨੂੰ ਐਂਗਜ਼ਾਇਟੀ ਹੈਗੀ ਹੈ ਵੀ ਐਜੀਟੇਸ਼ਨ ਅਤੇ ਪਿੱਛੇ ਸਪਲਾਈ ਲਾਈਨ ਜਿਹੜੀ ਹੈਗੀ ਹੈ ਹਿੱਟ ਹੋਣ ਕਰਕੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਡੀਜ਼ਲ ਦੀ ਕਿੱਲਤ ਆ ਜਾਏਗੀ। ਪਲੱਸ ਇੱਕ ਸੈਕਿੰਡਲੀ ਇੱਕ 16 ਤਰੀਕ ਦਾ ਐਜੀਟੇਸ਼ਨ ਹੈਗਾ ਜਿਹਦੇ ਵਿੱਚ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੀ ਵੀ ਹਮਾਇਤ ਹੈਗੀ ਹੈ ਕਿਸਾਨਾਂ ਨੂੰ ਅਤੇ ਟ੍ਰੇਡ ਯੂਨੀਅਨ ਦੀ ਵੀ ਹਮਾਇਤ ਹੈਗੀ ਆ ਅਤੇ ਉਹਦੇ ਵਿੱਚ ਵੀ ਉਹਨਾਂ ਨੂੰ ਲੱਗਦਾ ਹੈਗਾ ਵੀ ਤੇਲ ਨਹੀਂ ਮਿਲੇਗਾ। ਅਤੇ 15 ਨੂੰ ਸਾਡੀ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੋ ਪਰਚੇਜ਼ ਕਰ ਰਹੀ ਹੈਗੀ ਹੈ ਅਤੇ ਇਸ ਕਰਕੇ ਲੋਕਾਂ ਨੂੰ ਇਹ ਲੱਗਦਾ ਹੈਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਤੇ ਵੀ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਆ ਜਾਏਗੀ ਜੀ। ਅਤੇ ਹੁਣ ਡਿਮਾਂਡ ਕਿਸ ਚੀਜ਼ ਦੀ ਵੱਧ ਹੈ, ਪੈਟਰੋਲ ਦੀ ਵੱਧ ਹੈ ਜਾਂ ਡੀਜ਼ਲ ਦੀ? ਡਿਮਾਂਡ ਪੈਟਰੋਲ ਦੀ ਜ਼ਿਆਦਾ ਜੀ, ਡਿਮਾਂਡ ਪੈਟਰੋਲ ਦੀ ਜ਼ਿਆਦਾ ਹੈਗੀ ਹੈ। ਡੀਜ਼ਲ ਦੀ ਡਿਮਾਂਡ ਇਸ ਕਰਕੇ ਘੱਟ ਹੈਗੀ ਹੈ ਕਿਉਂਕਿ ਬੈਰੀਅਰ ਤੋਂ ਜਿਹੜੀ ਬਲੋਕੇਡ ਹੈਗੀ ਹੈ ਉਹਦੇ ਕਰਕੇ ਗੱਡੀਆਂ ਜਾ ਨਹੀਂ ਰਹੀਆਂ ਹੈਗੀਆਂ ਅਤੇ ਜਿਹੜੀਆਂ ਲੋਕਲ ਓਪਰੇਟ ਹੋ ਰਹੀਆਂ ਨੇਗੀਆਂ ਉਹੀ ਗੱਡੀਆਂ ਤੇਲ ਕੰਜ਼ਿਊਮ ਕਰ ਰਹੀਆਂ ਨੇਗੀਆਂ, ਬਾਕੀ ਤਾਂ ਗੱਡੀਆਂ ਲੋਡ ਹੋ ਕੇ ਖੜ੍ਹੀਆਂ ਨੇਗੀਆਂ ਜੀ ਸਾਰੀਆਂ। ਤੁਹਾਡੇ ਕੋਲ ਜਿਹੜਾ ਪਿੱਛੋਂ ਕਿੰਨਾ ਕੁ ਤੇਲ ਆ ਰਿਹਾ, ਸਪਲਾਈ ਤੁਹਾਡੇ ਕੋਲ ਰੈਗੂਲਰ ਆ ਰਹੀ ਹੈ ਜਾਂ ਉਹਦੇ 'ਚ ਵੀ ਕੋਈ ਦਿੱਕਤ ਆਈ ਹੈ? ਨਹੀਂ, ਸਪਲਾਈ ਲਾਈਨ ਥੋੜ੍ਹੀ ਹਿੱਟ ਹੈਗੀ ਹੈ ਅਤੇ ਇਹਦੇ ਵਿੱਚ ਥੋੜ੍ਹੇ ਰੀਜ਼ਨਸ ਹੈਗੇ ਨੇਗੇ, ਥੋੜ੍ਹਾ ਸਿਕਿਉਰਿਟੀ ਰੀਜ਼ਨਸ ਹੈਗੇ ਨੇਗੇ ਕਿਉਂਕਿ ਸਾਡਾ ਪ੍ਰੋਡਕਟ ਜਿਹੜਾ ਹੈਗਾ ਹਾਈਲੀ ਇਨਫਲੇਮੇਬਲ ਹੈਗਾ ਅਤੇ ਥੋੜ੍ਹੇ ਸਿਕਿਉਰਿਟੀ ਰੀਜ਼ਨਸ ਵੀ ਹੈਗੇ ਨੇਗੇ ਅਤੇ ਕੁਛ ਰਿਸਟ੍ਰਿਕਸ਼ਨਸ ਵੀ ਹੈਗੀਆਂ ਨੇਗੀਆਂ ਵੀ ਲੇਟ ਆਵਰ ਦੇ ਵਿੱਚ ਅਸੀਂ ਮਟੀਰੀਅਲ ਕੈਰੀ ਨਹੀਂ ਕਰ ਸਕਦੇ ਹੈਗੇ ਅਤੇ ਲੇਟ ਆਵਰਸ ਦੇ ਵਿੱਚ ਡੀਪੂ ਵੀ ਓਪਰੇਸ਼ਨਲ ਨਹੀਂ ਹੁੰਦੇ ਹੈਗੇ, ਇਸ ਕਰਕੇ ਥੋੜ੍ਹੀ ਸ਼ੋਰਟੇਜ ਤਾਂ ਹੈਗੀ ਹੈ ਜੀ, ਸ਼ੋਰਟੇਜ ਤਾਂ ਹੈਗੀ ਹੈ ਪ੍ਰੋਡਕਟ ਦੀ। ਅਤੇ ਤੁਹਾਡੇ ਕੋਲ ਹੁਣ ਕਿੰਨਾ ਤੇਲ ਡੀਜ਼ਲ ਪਿਆ, ਪੈਟਰੋਲ ਜਾਂ ਡੀਜ਼ਲ ਪਿਆ, ਅਤੇ ਕਿੰਨਾ ਕੁ ਤੁਸੀਂ ਸਪਲਾਈ ਆਪਣੇ ਕੋਲ ਰੱਖਦੇ ਹੋ, ਡੰਪ ਕਿੰਨਾ ਕਰਕੇ ਰੱਖਦੇ ਹੋ, ਕਿੰਨੀ ਕਪੈਸਿਟੀ ਤੁਹਾਡੇ ਕੋਲ? ਨਹੀਂ, ਅਸੀਂ ਮਤਲਬ ਅਸੀਂ ਸਾਡੀ ਜਿਹੜੀ ਬਫਰ ਜਿਹਨੂੰ ਅਸੀਂ ਐਮਰਜੈਂਸੀ ਸਰਵਿਸਿਜ਼ ਵਾਸਤੇ ਜਿਹੜਾ ਸਾਡੇ ਕੋਲ ਹਮੇਸ਼ਾ ਹੀ ਅਵੇਲੇਬਲ ਹੁੰਦਾ ਹੈਗਾ ਅਤੇ ਉਹ ਜ਼ਿਆਦਾ ਨਹੀਂ ਹੁੰਦਾ ਹੈਗਾ, ਉਹ 500 ਤੋਂ 1000 ਲੀਟਰ ਦੇ ਵਿੱਚ ਹੁੰਦਾ ਹੈਗਾ ਅਤੇ ਬਾਕੀ ਤਾਂ ਪੈਟਰੋਲ ਪੰਪ ਜਿਹੜਾ ਹੁੰਦਾ ਹੈਗਾ ਇਟ ਇਜ਼ ਫੋਰ ਪਬਲਿਕ ਅਤੇ ਉਹ ਪਬਲਿਕ ਵਾਸਤੇ ਹੀ ਹੁੰਦਾ ਹੈਗਾ ਅਤੇ ਅਸੀਂ ਟਰਾਈ ਇਹੀ ਕਰਦੇ ਹੈਗੇ ਹਾਂ ਵੀ ਆਲਮੋਸਟ ਹਰ ਕਸਟਮਰ ਜਿਹੜਾ ਜਿਹਨੂੰ ਜਿੰਨੀ ਕੁ ਰਿਕੁਆਇਰਮੈਂਟ ਹੈਗੀ ਉਹਨੂੰ ਦੇ ਦਿੱਤਾ ਜਾਵੇ ਜੀ ਉਸ ਚੀਜ਼ ਨੂੰ। ਅਤੇ ਇੱਕ ਆਮ ਲੋਕਾਂ ਦੇ ਵਿੱਚ ਸੁਣਿਆ ਜਾਂਦਾ ਜਾਂ ਕਈ ਵਾਰੀ ਕਿਹਾ ਜਾਂਦਾ ਵੀ ਜਾਣ ਕੇ ਜਿਹੜੇ ਪੈਟਰੋਲ ਪੰਪ ਮਾਲਕ ਹੈ ਉਹ ਆਪਣੇ ਕੋਲ ਸਟੋਕ ਰੱਖ ਲੈਂਦੇ ਆ, ਅੱਗੇ ਨਹੀਂ ਦਿੰਦੇ, ਤਾਂ ਆਮ ਕਿਸੇ ਨੂੰ ਸੈਟਿਸਫਾਈ ਕਰਾਉਣਾ ਹੋਵੇ ਤਾਂ ਉਹਦੇ ਲਈ ਤੁਹਾਡੇ ਕੋਲ ਕੀ ਮਾਪਦੰਡ ਹੈ ਵੀ ਕਿਸ ਤਰੀਕੇ ਨਾਲ ਚੈੱਕ ਕਰਾ ਸਕਦੇ ਹੋ ਕਿੰਨਾ ਘੱਟ ਹੈ ਪੈਟਰੋਲ ਕਿੰਨਾ ਅਤੇ ਜ਼ਿਆਦਾ? ਨਹੀਂ, ਹੁਣ ਤਾਂ ਤੁਸੀਂ ਹੁਣ ਤਾਂ ਸਾਡਾ ਸਾਰਾ ਸਿਸਟਮ ਜਿਹੜਾ ਹੈਗਾ ਜੀ ਉਹ ਫੁੱਲੀ ਆਟੋਮੇਟਿਡ ਹੈਗਾ। ਅਗਰ ਤੁਸੀਂ ਕਹੋਗੇ ਵੀ ਤੁਸੀਂ ਇਸ ਟਾਈਮ ਮੇਰੇ ਕੋਲ ਕਿੰਨਾ ਸਟੋਕ ਹੈਗਾ ਅਤੇ ਉਹ ਚੈੱਕ ਕਰਨ ਵਾਸਤੇ ਤੁਹਾਨੂੰ ਕੁਝ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ, ਪੂਰੀ ਦੀ ਪੂਰੀ ਸਕਰੀਨ ਲੱਗੀ ਹੁੰਦੀ ਹੈਗੀ ਹੈ ਅਤੇ ਸਕਰੀਨ ਦੇ ਉੱਪਰ ਪੂਰਾ ਦਾ ਪੂਰਾ ਸਟੋਕ ਆ ਜਾਂਦਾ ਹੈਗਾ ਵੀ ਕਿਹੜੇ ਕਿਹੜੇ ਟੈਂਕ ਦੇ ਵਿੱਚ ਕਿੰਨਾ ਕਿੰਨਾ ਸਟੋਕ ਪਿਆ ਹੈਗਾ। ਤਾਂ ਬਹੁਤ ਬਹੁਤ ਹੁਣ ਜਿਹੜੀਆਂ ਵੀ OMCs ਹੈਗੀਆਂ ਨੇਗੀਆਂ ਉਹਨਾਂ ਸਾਰਿਆਂ ਦੇ ਵਿੱਚ ਇਹ ਸਿਸਟਮ ਹੈਗਾ। ਹੁਣ ਤੁਹਾਨੂੰ
ਸਟਾਕ ਸਪੋਟ ਦਾ ਸਟਾਕ ਚੈੱਕ ਕਰਨ ਵਾਸਤੇ ਤੁਹਾਨੂੰ ਸਿਰਫ ਸਕਰੀਨ ਆਨ ਕਰਨੀ ਪੈਂਦੀ ਹੈਗੀ ਹੈ, ਬਸ ਉਹ 'ਚ ਸਟਾਕ ਆ ਜਾਂਦਾ ਹੈਗਾ ਜੀ। ਸਾਡੇ ਦਰਸ਼ਕਾਂ ਨੂੰ ਦਿਖਾ ਸਕਦੇ ਹੋ ਕਿਸ ਤਰੀਕੇ ਨਾਲ ਚੈੱਕ ਕਰ ਸਕਦੇ? ਹਾਂਜੀ, ਤੁਹਾਨੂੰ ਦਿਖਾਉਂਦੇ ਵੀ ਕਿਸ ਤਰੀਕੇ ਨਾਲ ਜੇਕਰ ਪੰਪ 'ਤੇ ਆਪਾਂ ਸਟਾਕ ਚੈੱਕ ਕਰਨਾ ਕਿਸ ਤਰੀਕੇ ਨਾਲ, ਕਿੰਨਾ ਕੁ ਉਹਨਾਂ ਕੋਲ ਸਟੋਕ ਪਿਆ ਉਹਦੇ ਬਾਰੇ ਜਾਣਕਾਰੀ ਦੇ ਰਹੇ ਨੇ, ਅਤੇ ਉਹ ਤੁਹਾਨੂੰ ਦਿਖਾ ਦਿੰਦੇ ਕਿਸ ਤਰੀਕੇ ਨਾਲ ਚੈੱਕ ਕਰਦੇ ਹਾਂ ਅਤੇ ਕਿੰਨਾ ਕੁ ਸਟੋਕ ਆਪਾਂ ਕਾਊਂਟ ਕਰ ਸਕਦੇ ਹਾਂ, ਅਤੇ ਤੁਹਾਨੂੰ ਦਿਖਾਉਂਦੇ ਹਾਂ ਨੇੜੇ ਤੋਂ ਹੋ ਕੇ ਇਹ ਕੀ ਹੈ ਕੀ ਹੈ ਜਿਹੜੀ ਇਹ। ਦੇਖੋ ਜੀ, ਜਿਹੜੇ ਇਹ ਬਲੂ ਵਾਲੇ ਹੈਗੇ ਨੇਗੇ ਜੀ, ਇਹ ਡੀਜ਼ਲ ਦੇ ਟੈਂਕਸ ਨੇਗੇ, ਅਤੇ ਜਿਹੜੇ ਔਰੇਂਜ ਵਾਲੇ ਹੈਗੇ ਨੇਗੇ ਇਹ ਪੈਟਰੋਲ ਦੇ ਟੈਂਕਸ ਨੇਗੇ। ਮਤਲਬ ਟੋਟਲ 4 ਟੈਂਕਸ ਨੇਗੇ, ਮਤਲਬ 20,000 ਲੀਟਰ ਈਚ ਦੀ ਕੈਪੈਸਿਟੀ ਦੇ, ਅਤੇ ਟੋਟਲ 80,000 ਲੀਟਰ ਦੀ ਪੰਪ ਦੀ ਕੈਪੈਸਿਟੀ ਹੈਗੀ ਹੈ, ਅਤੇ ਇਹ ਸਟੋਕ ਅਵੇਲੇਬਲ ਹੈਗਾ ਹੁਣ ਫੋਰ ਸੇਲ। ਹਾਂਜੀ, ਅਤੇ ਇਹ ਕਿੰਨੇ ਦਿਨ ਦਾ ਤੁਹਾਡੇ ਕੋਲ ਸਟੋਕ ਹੈਗਾ, ਕਿੰਨੇ ਦਿਨ ਇੱਦਾਂ ਹੀ ਚੱਲ ਸਕਦਾ? ਸਰ ਇਹ ਦੇਖੋ ਕਸਟਮਰ ਦੀ ਰਿਕੁਆਇਰਮੈਂਟ ਦੇ ਉੱਪਰ ਡਿਪੈਂਡ ਕਰਦਾ ਹੈਗਾ, ਅਤੇ ਇਹ ਜਿਹੜਾ ਸਟੋਕ ਹੈਗਾ ਮਤਲਬ ਕੱਲ੍ਹ ਦੁਪਹਿਰ ਤੱਕ ਦਾ ਹੀ ਸਟੋਕ ਹੈਗਾ ਜੀ ਇਹ। ਜਿੱਦਾਂ ਹੁਣ ਤੁਸੀਂ ਦੱਸਿਆ ਵੀ 15 ਤਰੀਕ ਨੂੰ ਤੁਸੀਂ ਪਰਚੇਜ਼ ਨਹੀਂ ਕਰਨੀ, ਯਾਨੀ ਕਿ ਤੁਹਾਡੇ ਕੋਲ ਗੱਡੀ ਨਹੀਂ ਆਉਣੀ? ਹਾਂਜੀ ਬਿਲਕੁਲ। ਅਤੇ 16 ਤਰੀਕ ਨੂੰ ਵੈਸੇ ਤੁਹਾਡਾ ਬੰਦ ਹੈ? 16 ਤਰੀਕ ਨੂੰ 10 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀਆਂ ਸਾਡੀਆਂ ਯੂਨੀਅਨਸ ਹੈਗੀਆਂ ਨੇਗੀਆਂ ਔਰ ਜਿਹੜੀਆਂ ਟ੍ਰੇਡ ਯੂਨੀਅਨਸ ਨੇਗੀਆਂ ਸਾਰੀਆਂ, ਉਹ ਕਿਸਾਨ ਅੰਦੋਲਨ ਨੂੰ ਸਪੋਰਟ ਕਰ ਰਹੀਆਂ ਨੇਗੀਆਂ, ਅਤੇ ਉਸ ਸਪੋਰਟ ਦੇ ਮੱਦੇਨਜ਼ਰ ਅਸੀਂ ਇਹ 6 ਘੰਟੇ ਦਾ ਨੋ ਸੇਲ ਦੇ ਵਿੱਚ ਜਾ ਰਹੇ ਹੈਗੇ। ਤੁਹਾਨੂੰ ਨਹੀਂ ਲੱਗਦਾ ਵੀ ਇਸ ਬੰਦ ਨੂੰ ਲੈ ਕੇ ਜਾਂ ਇਸ ਸਪੋਰਟ ਨੂੰ ਲੈ ਕੇ ਲੋਕਾਂ ਦੇ ਵਿੱਚ ਪੈਨਿਕ ਫੈਲਦਾ? ਪੈਨਿਕ ਫੈਲਦਾ ਹੈਗਾ ਜੀ, ਲੇਕਿਨ ਅਸੀਂ ਮਤਲਬ ਅਸੀਂ ਹਰ ਕਸਟਮਰ ਨੂੰ ਅਸੀਂ ਇਹੀ ਐਡਵਾਈਜ਼ ਕਰਦੇ ਹੈਗੇ ਹਾਂ ਵੀ 2 ਦਿਨ ਦਾ ਇਨਵੈਂਟਰੀ ਰੱਖੋ ਆਪਣੀ ਸਕੂਟਰ ਕਾਰ ਬਾਈਕ ਦੇ ਵਿੱਚ, ਵੀ ਇੰਨੀ ਕੋਈ ਪੈਨਿਕ ਵਾਲੀ ਸਿਚੁਏਸ਼ਨ ਨਹੀਂ ਹੈਗੀ। ਅਤੇ ਅਸੀਂ ਕਦੇ ਵੀ ਮਤਲਬ ਕਸਟਮਰ ਨੂੰ ਹਮੇਸ਼ਾ ਇਹ ਸਮਝਾਉਂਦੇ ਹੈਗੇ ਹਾਂ ਵੀ ਅਗਰ ਤੁਹਾਡੀ 100 ਰੁਪਏ ਦਾ ਤੇਲ ਡੇਲੀ ਕੰਜ਼ਿਊਮ ਹੁੰਦਾ ਹੈਗਾ, ਤੁਸੀਂ ਮੈਕਸੀਮਮ ਤੋਂ ਮੈਕਸੀਮਮ 200-300 ਰੁਪਏ ਦਾ ਤੇਲ ਰੱਖੋ, ਤੁਹਾਨੂੰ ਤੇਲ ਮਿਲਦਾ ਰਹੇਗਾ, ਸਾਰੇ ਇਲਾਕੇ ਦੇ ਵਿੱਚ ਤੇਲ ਮਿਲਦਾ ਰਹੇਗਾ। ਅਤੇ ਸਾਰੇ ਡੀਲਰਸ ਆਲਮੋਸਟ, ਅਗਰ ਮੇਰੇ ਸਰਾਊਂਡਿੰਗ ਦੇ ਸਾਰੇ ਡੀਲਰਸ ਦੀ ਆਪਾਂ ਗੱਲ ਕਰੀਏ ਤਾਂ ਸਾਰੇ ਡੀਲਰਾਂ ਦੇ ਕੋਲ ਐਮਰਜੈਂਸੀ ਪਲੱਸ ਸੇਲੇਬਲ ਸਟੋਕ ਹੈਗਾ ਜੀ। ਕਦੋਂ ਤੱਕ ਇਹ ਜਿਹੜੀ ਦਿੱਕਤ ਹੈ ਇਹ ਖਤਮ ਹੋ ਜਾਏਗੀ? ਜਿੱਦਾਂ ਹੁਣ ਗੱਡੀਆਂ ਉੱਧਰੋਂ ਨਹੀਂ ਆ ਰਹੀਆਂ ਤਾਂ ਵਾਕਈ ਗੱਲ ਹੈ, ਜੇ ਗੱਡੀਆਂ ਨਹੀਂ ਆ ਰਹੀਆਂ ਤਾਂ ਅੱਗੇ ਤੁਸੀਂ ਸਪਲਾਈ ਵੀ ਨਹੀਂ ਕਰ ਸਕੋਗੇ, ਕਦੋਂ ਤੱਕ ਇਹ ਸੋਰਟ ਆਊਟ ਹੋਣ ਦੀ ਸੰਭਾਵਨਾ? ਇਹਦੀ ਪੋਸੀਬਿਲਿਟੀ ਹੈਗੀ ਹੈ ਜੀ 17-18 ਨੂੰ, ਜਦੋਂ ਇੱਕ ਵਾਰ ਇਹ ਥੋੜ੍ਹਾ ਦੋਨੋਂ ਇਵੈਂਟਸ ਖਤਮ ਹੋ ਜਾਣਗੇ, ਨੋ ਲਿਫਟਿੰਗ ਵਾਲੇ ਅਤੇ ਨੋ ਸੇਲ ਵਾਲੇ, ਉਦੋਂ ਬਾਅਦ ਦੇ ਵਿੱਚ ਲੱਗਦਾ ਹੈਗਾ ਵੀ 17-18 ਤੱਕ ਜਿਹੜੀ ਇਨਵੈਂਟਰੀ ਹੈਗੀ ਉਹ ਸਟੀਮਲਾਈਨ ਹੋ ਜਾਏਗੀ ਜੀ। ਜੇਕਰ ਇੱਦਾਂ ਹੀ ਥੋੜ੍ਹੇ ਜਿਹੇ 1-2 ਦਿਨ ਪੋਜੀਸ਼ਨ ਹੋਰ ਰਹੀ, ਜਿੱਦਾਂ ਪਹਿਲਾਂ ਕਰਾਊਡ ਇਕੱਠੀ ਹੋ ਜਾਂਦੀ ਸੀ, ਲਾਈਨਾਂ ਲੱਗ ਜਾਂਦੀ ਸੀ ਪੰਪ ਦੇ ਬਾਹਰ, ਝਗੜੇ ਵੀ ਕਈ ਹੋਏ ਨੇ, ਕਿ ਇੱਦਾਂ ਸਿਚੁਏਸ਼ਨ ਆ ਸਕਦੀ ਹੈ? ਦੇਖੋ, ਝਗੜੇ ਤਾਂ ਨੋਰਮਲੀ ਆਪਣੇ ਇਲਾਕੇ ਦੇ ਵਿੱਚ ਕੋਈ ਵੀ ਨਹੀਂ ਹੋਇਆ ਹੈਗਾ ਜੀ, ਅਤੇ ਉਰੇ ਪ੍ਰਸ਼ਾਸਨ ਦੀ ਤਰਫ ਤੋਂ ਵੀ ਬਹੁਤ ਜ਼ਿਆਦਾ ਸਪੋਰਟ ਰਹੀ ਹੈਗੀ ਹੈ, ਚਾਹੇ ਉਹ ਲੋਕਲ ਐਡਮਿਨਿਸਟ੍ਰੇਸ਼ਨ ਹੋਵੇ, ਚਾਹੇ ਉਹ ਲੋਕਲ ਪੁਲਿਸ ਹੋਵੇ, ਜਿਨ੍ਹਾਂ ਨੇ ਪ੍ਰੀਵੈਂਟਿਵਲੀ ਸਾਰਿਆਂ ਨੂੰ ਵੈਲ ਗਾਈਡ ਕੀਤਾ ਹੋਇਆ ਸੀਗਾ। ਅਤੇ ਸਾਡੇ ਡੀਲਰ ਸਾਹਿਬਾਨ ਇਸ ਇਲਾਕੇ ਦੇ ਬਹੁਤ ਅੱਛੇ ਹੈਗੇ ਨੇਗੇ ਜੀ, ਜਿਨ੍ਹਾਂ ਨੂੰ ਮੈਨੇਜ ਕਰਨਾ ਆਉਂਦਾ ਹੈਗਾ। ਅਤੇ ਅਸੀਂ ਤਾਂ ਜੀ ਮਤਲਬ ਟਿਲ ਦਾ ਐਂਡ ਅਸੀਂ ਕਸਟਮਰ ਨੂੰ ਕੇਟਰ ਕਰਦੇ ਹੈਗੇ ਜੀ, ਕਿਉਂਕਿ ਵੀ ਆਰ ਐਟ ਪਬਲਿਕ ਸਰਵਿਸ, ਅਸੀਂ ਪਬਲਿਕ ਸਰਵੈਂਟ ਹੈਗੇ ਜੀ। ਅਤੇ ਆਮ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਦੌਰਾਨ? ਪੈਨਿਕ ਨਹੀਂ ਹੋਣਾ ਚਾਹੀਦਾ ਹੈਗਾ ਜੀ, 2-3 ਦਿਨ ਦਾ ਸਟੋਕ ਰੱਖੋ, ਘਰ ਰੱਖ ਕੇ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਇਹ ਪ੍ਰੋਡਕਟ ਜਿਹੜਾ ਹੈਗਾ ਇਹ ਸਪੈਸ਼ਲ ਕੇਅਰ ਭਾਵ ਦਾ ਹੈਗਾ। ਅਤੇ ਅਸੀਂ ਇਹੀ ਸਲਾਹ ਦੇਵਾਂਗੇ ਵੀ ਦੇਖੋ, ਸਾਡੇ ਕੋਲ ਐਡੀਕੁਏਟ ਸਟੋਕ ਅੱਜ ਦੇ ਦਿਨ ਹੈਗਾ, 2-3 ਦਿਨ ਦੀ ਤੁਸੀਂ ਇਨਵੈਂਟਰੀ ਰੱਖੋ, ਔਰ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਜੀ। ਤਾਂ ਸਾਡੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਜਾਣੂ ਵੀ ਕਰਵਾਇਆ ਵੀ ਕਿਸ ਤਰੀਕੇ ਨਾਲ ਆਪਾਂ ਪੰਪ ਦੇ ਉੱਤੇ ਸਟੋਕ ਵੀ ਚੈੱਕ ਕਰ ਸਕਦੇ ਹਾਂ। ਅਤੇ ਦੂਸਰੀ ਗੱਲ ਜਿਹੜੀ ਸਾਰਿਆਂ ਨਾਲੋਂ ਬੜੀ ਗੱਲ ਹੈ, ਉਹ ਇਹ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ, ਕਿਸਾਨ ਆਪਣਾ ਅੰਦੋਲਨ ਕਰ ਰਿਹਾ, ਕਿਸਾਨਾਂ ਦੇ ਹੱਕ ਦੇ ਵਿੱਚ ਪੈਟਰੋਲ ਪੰਪ ਮਾਲਕ ਵੀ ਨਾਲ ਖੜ੍ਹੇ ਨੇ, ਅਤੇ ਇਸ ਕਰਕੇ ਆਪਾਂ ਨੂੰ ਵੀ ਚਾਹੀਦਾ ਕਿ ਪੈਟਰੋਲ ਪੰਪ ਮਾਲਕਾਂ ਦੀ ਵੀ ਗੱਲ ਸੁਣੀਏ ਅਤੇ
ਪ੍ਰਸ਼ਾਸਨ ਦੀ ਵੀ ਗੱਲ ਸੁਣੀਏ, ਪੈਨਿਕ ਨਾ ਹੋਈਏ। ਇੱਕ ਦਿਨ ਜਾਂ ਦੋ ਦਿਨ ਤੋਂ ਵੱਧ ਆਪਣੇ ਕੋਲ ਸਟੋਕ ਨਾ ਰੱਖੋ। ਕਈ ਵਾਰੀ ਆਪਾਂ ਪੈਨਿਕ ਹੋ ਕੇ ਪੰਜ ਪੰਜ ਦਸ ਦਸ ਲੀਟਰ ਦੇ ਜਿਹੜੇ ਕੇਨੀਆਂ ਹੈਗੀਆਂ ਉਹ ਭਰਵਾ ਕੇ ਆਪਣੇ ਘਰ ਰੱਖ ਸਕਦੇ ਹਾਂ। ਕਈ ਵਾਰੀ ਇਹਦੇ ਨਾਲ ਹਾਦਸਾ ਵੀ ਹੋ ਜਾਂਦਾ ਹੈ, ਅਤੇ ਇਸ ਕਰਕੇ ਜਿੰਨੇ ਕੁ ਤੇਲ ਦੀ ਆਪਾਂ ਜ਼ਰੂਰਤ ਹੈ ਓਨਾ ਕੁ ਤੇਲ ਆਪਣੀ ਆਪਣੀ ਗੱਡੀਆਂ 'ਚ ਪਵਾਈਏ। ਗੁਰਦੀਪ ਸਿੰਘ, ਨਿਊਜ਼ 18, ਖੰਨਾ।